ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਚੁੱਕਿਆ, ਬੀਜੇਪੀ ਦਾ ਮੇਅਰ ਬਣ ਚੁੱਕੇ ਨੇ ਮਨੋਜ ਸੋਨਕਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨੋਜ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਿਊਜ਼ 18 ਤੇ। ਧੰਨਵਾਦ ਜੀ, ਧੰਨਵਾਦ। ਮਨੋਜ ਜੀ, ਅੱਜ ਜੋ ਵੀ ਐਪੀਸੋਡ ਹੋਇਆ, ਹਾਲਾਂਕਿ ਅੱਜ ਕੀ 18 ਤਾਰੀਖ ਤੋਂ ਹੀ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਾਫੀ ਹੰਗਾਮਾ ਹੋਇਆ, ਅਲਾਇੰਸ ਲਗਾਤਾਰ ਇਲਜ਼ਾਮ ਲਾਉਂਦਾ ਨਜ਼ਰ ਆਇਆ, ਲੇਕਿਨ ਫਾਈਨਲੀ ਤੁਸੀਂ ਅੱਜ ਜਿੱਤ ਚੁੱਕੇ ਹੋ, ਆਪਣੀ ਜਿੱਤ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਜੀ, ਇਹ ਜਿੱਤ ਮੇਰੀ ਜਿੱਤ ਨਹੀਂ ਹੈ ਜੀ, ਇਹ ਜਿੱਤ ਪੂਰੀ ਚੰਡੀਗੜ੍ਹ ਦੀ ਪਬਲਿਕ ਦੀ ਹੈ, ਇਹ ਜਿੱਤ ਮੇਰੀ ਪਾਰਟੀ ਦੀ ਹੈ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ, ਮੈਨੂੰ ਮੇਅਰ ਕੈਂਡੀਡੇਟ ਬਣਾਇਆ, ਅਤੇ ਮੈਂ ਇਹ ਜਿੱਤ ਪੂਰੇ ਆਪਣੇ ਚੰਡੀਗੜ੍ਹ ਸ਼ਹਿਰ ਵਾਸੀਆਂ ਦੀ ਸਮਝਦਾ ਜੀ। ਤੁਸੀਂ ਉਹ ਜੈ ਸ਼੍ਰੀ ਰਾਮ ਦਾ ਵੀ ਸਵੇਰ ਤੋਂ ਅੱਜ ਦੇਖ ਰਹੇ ਤੁਸੀਂ, ਪਾਇਆ ਹੋਇਆ ਪੂਰਾ, ਤੁਸੀਂ ਭਗਤ ਬੰਦੇ ਹੋ, ਅਸੀਂ ਜਾਣਦੇ ਹਾਂ। ਅੱਜ ਉਹ ਤਾਂ ਖੈਰ ਕਹਿੰਦੇ ਨੇ ਕਿ ਜੀ ਮੀਡੀਆ ਤੋਂ ਕੁਛ ਨਹੀਂ ਛੁਪਦਾ, ਅਤੇ ਉਹ ਦੇਖ ਹੀ ਲਿੱਤਾ ਵੀ ਅੰਦਰ ਪਾਇਆ ਹੋਇਆ ਮੈਂ, ਅਤੇ ਜੈ ਸ਼੍ਰੀ ਰਾਮ ਜੀ, ਭਗਤ ਹੈ ਸ਼੍ਰੀ ਰਾਮ ਜੀ ਦੇ, ਅਤੇ ਸ਼ਹਿਰ ਲਈ ਵੀ ਪੂਰਾ ਕੰਮ ਕਰਾਂਗੇ, ਵਿਕਾਸ ਕਰਾਂਗੇ, ਪ੍ਰਭੂ ਰਾਮ ਜੀ ਨਾਲ ਨੇ। ਪ੍ਰਾਇਓਰਟੀ ਕੀ ਰਹਿਣ ਵਾਲੀ ਤੁਹਾਡੀ, ਕਿਉਂਕਿ ਤੁਸੀਂ ਰੋਡ ਮੈਪ ਤਾਂ ਤਿਆਰ ਕੀਤਾ ਹੋਣਾ? ਹਾਂਜੀ, ਮੈਂ ਜਿੱਦਾਂ ਕਿ ਦੱਸਿਆ ਵੀ ਕੁਛ ਮੈਂ ਕਰ ਲਿਆ ਤਿਆਰ, ਬਾਕੀ ਹੋਰ ਜਿਹੜੇ ਮੇਰੇ ਕੰਮ ਰਹਿਣਗੇ ਸ਼ਹਿਰ ਲਈ, ਉਹ ਮੈਂ ਤੁਹਾਨੂੰ ਬਹੁਤ ਜਲਦੀ ਸਾਂਝਾ ਕਰਾਂਗਾ ਔਰ ਕਰਾਂਗਾ, ਔਰ ਮੇਰਾ ਇਹ ਵਾਅਦਾ ਹੈ ਕਿ ਵੀ ਜਿੰਨਾ ਵੀ ਆਪਣੇ ਸ਼ਹਿਰ ਲਈ, ਆਪਣੇ ਚੰਡੀਗੜ੍ਹ ਦੇ ਵਿਕਾਸ ਲਈ ਜਿੰਨਾ ਵੀ ਮੇਰੇ ਤੋਂ ਹੋਊਗਾ, ਪਹਿਲਾਂ ਵੀ ਸਾਡੇ ਦੋ ਕੌਂਸਲਰ ਦੋ ਤਿੰਨ ਮੇਅਰ ਪਿੱਛੇ ਮੈਡਮ ਸਰਬਜੀਤ ਕੌਰ ਜੀ, ਆਪ ਤੁਸੀਂ ਸਾਰੀ ਜਾਣਦੇ ਹੋ, ਚੰਡੀਗੜ੍ਹ 'ਚ ਬਹੁਤ ਵਧੀਆ ਟਰਮ ਕੱਢਿਆ ਉਹਨਾਂ ਨੇ, ਔਰ ਅਨੂਪ ਗੁਪਤਾ ਜੀ, ਉਸ ਤੋਂ ਪਹਿਲਾਂ ਵੀ ਮੇਅਰ ਰਹੇ ਹੈ, ਰਵੀ ਕਾਂਤ ਜੀ, ਰਜੇਸ਼ ਕਾਲੀਆ ਜੀ, ਜਿਤਨੇ ਵੀ ਹਮ ਪਿੱਛੇ ਦੇਖੇ ਤੋ ਮਤਲਬ ਸਭੀ ਦੇਸ਼ ਕੇ ਆਪਣੇ ਚੰਡੀਗੜ੍ਹ ਕੇ ਵਿਕਾਸ ਕੇ ਲਈ ਸਭੀ ਨੇ ਅੱਛਾ ਕੰਮ ਕੀਆ। ਇੱਕ ਅਹਿਮ ਸਵਾਲ ਹੈ, ਤੁਹਾਡਾ ਵਾਰਡ ਮੌਲੀ ਜਾਗਰਾ ਵਿਕਾਸ ਨਗਰ, ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈ, ਹਾਲਾਂਕਿ ਬੇਸਿਕ ਮੰਡੀ ਤਾਂ ਚਲੋ ਹੈ ਹੀ ਹੈ, ਔਰ ਕਈ ਪ੍ਰੋਬਲਮਸ ਵੀ ਰਹੀ ਹੈ, ਤੁਸੀਂ ਲਗਾਤਾਰ ਅਸੀਂ ਦੇਖਦੇ ਹਾਂ ਬਿਜਲੀ ਕੱਟ ਗਈ, ਤੁਸੀਂ ਰਾਤਾਂ ਨੂੰ ਉੱਥੇ ਜਾਂਦੇ ਹੋ, ਪ੍ਰੋਬਲਮ ਆ ਗਈ, ਪਾਣੀ ਦੀ ਪ੍ਰੋਬਲਮ ਹੈ ਜਾਂ ਸੜਕਾਂ ਦੀ ਪ੍ਰੋਬਲਮ ਹੈ ਜਾਂ ਲਾਅ ਐਂਡ ਆਰਡਰ ਖਾਸ ਤੌਰ 'ਤੇ ਹੈ, ਉਸਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ, ਕਿਉਂਕਿ ਓਬਵੀਅਸਲੀ ਤੁਹਾਡਾ ਵਾਰਡ ਹੈ, ਤੁਸੀਂ ਤਾਂ ਲੱਗੇ ਰਹਿੰਦੇ ਹੋ। ਲਾਅ ਐਂਡ ਆਰਡਰ ਤਾਂ ਦੇਖੋ ਜੀ, ਲਾਅ ਐਂਡ ਆਰਡਰ ਹੈ ਜਿਸ ਤਰ੍ਹਾਂ, ਜਾਂ ਸਾਡੇ ਏਰੀਏ 'ਚ ਕੋਈ ਇੱਦਾਂ ਦਾ ਹੁੰਦਾ ਅਤੇ ਪੁਲਿਸ ਚੰਗਾ ਕੰਮ ਕਰਦੀ ਹੈ, ਔਰ ਮੈਂ ਹਮੇਸ਼ਾ ਜਦ ਵੀ ਮੈਨੂੰ ਲੱਗਦਾ ਕਿ ਵੀ ਸਾਡੇ ਏਰੀਏ 'ਚ ਜਾਂ ਤਾਂ ਕ੍ਰਾਈਮ ਹੋ ਰਿਹਾ ਜਾਂ ਗਲਤ ਐਕਟੀਵਿਟੀਜ਼ ਹੋ ਰਹੀਆਂ ਜਾਂ ਕੋਈ ਵੀ ਗਲਤ ਕੰਮ ਹੋ ਰਿਹਾ, ਮੈਂ ਤੁਰੰਤ ਆਪਣੇ ਏਰੀਆ SHO ਨੂੰ ਔਰ ਉਸ ਤੋਂ ਉੱਪਰ ਵੀ ਜਿਹੜੇ ਅਫਸਰ ਨੇ, ਪੁਲਿਸ ਦਾ ਸਾਥ ਰਹਿੰਦਾ? ਹਾਂਜੀ ਬਿਲਕੁਲ ਰਹਿੰਦਾ, ਪੁਲਿਸ ਦਾ ਸਾਥ ਰਹਿੰਦਾ, ਪੁਲਿਸ ਹਾਲਾਂਕਿ ਰਾਊਂਡ ਵੀ ਕੱਢਦੇ ਜ਼ਿਆਦਾਤਰ, ਇਹ ਦੇਖ ਲੀਜੀਏ ਤੁਸੀਂ ਮੇਰੇ ਵਾਰਡ ਦੇ ਵਿੱਚ ਕੋਈ 15-20% ਹੀ ਲੋਕ ਇਹੋ ਜਿਹੇ ਹੋਣਗੇ ਜਿਹੜੇ ਲੜਾਈ ਝਗੜੇ ਵੀ ਕਰਦੇ ਹੋਣਗੇ, 80% ਤੁਸੀਂ ਲੋਕ ਹੀ ਲਾਉਂਦੇ ਹੋ ਖਬਰਾਂ, ਤੁਹਾਨੂੰ ਹੀ ਪਤਾ ਜੀ 80% ਜਿਹੜੀ ਸ਼ਰਾਰਤਾਂ ਹੁੰਦੀਆਂ ਉਹ ਬਾਹਰ ਤੋਂ ਸ਼ਰਾਰਤੀ ਤੱਤ ਹੁੰਦੇ ਨੇ, ਆਊਟਸਾਈਡਰ ਹੁੰਦੇ ਆ ਜੀ। ਹਾਂਜੀ, ਤੇ ਤੁਹਾਡੀ, ਕਿਉਂਕਿ ਤੁਸੀਂ ਕਾਫੀ ਮਿਹਨਤ ਕੀਤੀ ਹੈ ਜਿੱਦਾਂ ਤੁਸੀਂ ਦੱਸਿਆ, ਥੋੜਾ ਜਿਹਾ ਬੈਕਗ੍ਰਾਊਂਡ 'ਚ ਜਾਈਏ, ਥੋੜਾ ਜਿਹਾ ਕਿਸ ਤਰ੍ਹਾਂ ਦਾ ਤੁਹਾਡੀ ਪੜ੍ਹਾਈ ਲਿਖਾਈ, ਤੁਹਾਡਾ ਪਰਿਵਾਰਕ ਮੈਂਬਰ ਦਾ, ਕਿਉਂਕਿ ਤੁਹਾਡਾ ਕਾਫੀ 10-12 ਸਾਲ ਦਾ ਅਸੀਂ ਦੇਖਦੇ ਜੀ। ਮੈਂ ਜੀ ਕਾਫੀ ਇੱਕ ਛੋਟੀ ਜਿਹੀ ਫੈਮਿਲੀ ਤੋਂ ਹੈ, ਮੈਂ ਬੜੇ ਹੀ ਗਰੀਬ ਘਰ ਤੋਂ ਹੈ, ਅਤੇ ਮੇਰੇ ਪੇਰੈਂਟਸ ਕਾਫੀ ਟਾਈਮ ਪਹਿਲਾਂ ਇੱਥੋਂ ਆ ਗਏ, ਇੱਥੇ ਆ ਗਏ ਸੀਗੇ, ਘੱਟੋ ਘੱਟ 45 ਸਾਲ ਪਹਿਲਾਂ ਇੱਥੇ ਆ ਗਏ ਸੀਗੇ। ਮਾਈ ਬੋਰਨ, ਮੇਰਾ ਬੋਰਨ ਚੰਡੀਗੜ੍ਹ ਦਾ ਜੀ, ਮੇਰਾ ਬੋਰਨ ਚੰਡੀਗੜ੍ਹ ਦਾ ਹੀ ਹੈ, ਤੋ ਬਸ ਜਬ ਸੇ ਫਿਰ ਉਸਕੇ ਬਾਅਦ ਧੀਰੇ ਧੀਰੇ ਪੇਰੈਂਟਸ ਨੇ ਵੀ ਸਾਹਮਣਾ ਕੀਆ ਗਰੀਬੀ ਕਾ, ਫਾਦਰ ਨੇ ਕਾਫੀ ਮਿਹਨਤ ਕੀ, ਮੇਰੇ ਫਾਦਰ ਸਾਹਿਬ ਕਾ ਫਰੂਟ ਕਾ ਕਾਮ ਥਾ, ਤੋ ਕਾਫੀ ਮਿਹਨਤ ਕਰਤੇ ਗਏ, ਫਿਰ ਧੀਰੇ ਧੀਰੇ ਜੈਸੇ ਹਮਨੇ ਹੋ ਸੰਭਾਲਾ, ਤੋ ਫਿਰ ਉਸਕੇ ਬਾਅਦ ਫਿਰ ਹਮ ਵੀ ਮਿਹਨਤ ਕਰਨੇ ਲਗੇ, ਸਟਰਗਲ ਕਰਦੇ ਰਹੇ ਹਾਂ ਸ਼ੁਰੂ ਤੋਂ, ਅਸੀਂ ਬਚਪਨ ਤੋਂ ਸਟਰਗਲ ਕੀਤਾ, ਤੇ ਉਸ ਤੋਂ ਬਾਅਦ ਫਿਰ ਜੀ ਜਿੱਦਾਂ ਜਿੱਦਾਂ ਪਰਮਾਤਮਾ ਸਟੈਂਡ ਕਰਦਾ ਗਿਆ, ਉਦਾਂ ਉਦਾਂ ਸਾਨੂੰ ਲੱਗਿਆ ਵੀ ਜੇ ਅਸੀਂ ਲੋਕਾਂ ਦੀ ਵੀ ਹੈਲਪ ਕਰ ਸਕਦੇ ਹਾਂ, ਇੰਨਾ ਇੱਕ ਮਾਲਕ ਨੇ ਬਣਾਇਆ ਤਾਂ ਅਸੀਂ ਲੋਕਾਂ ਨਾਲ ਸੋਸ਼ਲ। ਹੁਣ ਤੁਸੀਂ ਮਹਾਂਪੌਰ ਹੋ, ਅੱਜ ਮਹਾਂਪੌਰ ਦਾ ਪਦ ਤੁਸੀਂ ਲੈ ਲਿਆ, ਹੁਣ ਪੂਰਾ ਚੰਡੀਗੜ੍ਹ ਤੁਹਾਡਾ ਹੈ, ਕੁਛ ਤਾਂ ਸੋਚਿਆ ਹੋਣਾ? ਹਾਂਜੀ, ਸ਼ਾਇਦ ਮੈਂ ਤਾਂ ਫਿਰ ਇਹ ਹੈ ਕਿ ਵੀ
ਸ਼ਾਇਦ ਪਤਾ ਨਹੀਂ ਸੋਸ਼ਲ ਵਰਕ 'ਚ ਕਿਹਦਾ ਕਿਹਦਾ ਭਲਾ ਕੀਤਾ ਹੋਣਾ, ਕਿਹੜੀ ਮਾਂ ਦੀ ਦੁਆਵਾਂ ਲੱਗੀਆਂ ਹੋਣੀ ਮੈਨੂੰ ਵੀ ਇੱਕ ਮੈਂ ਛੋਟੇ ਜਿਹੇ ਏਰੀਏ ਤੋਂ ਉੱਠ ਕੇ ਪਹਿਲਾਂ ਮੈਂ ਕੌਂਸਲਰ ਬਣਿਆ, ਫਿਰ ਮੈਂ ਮੇਅਰ ਤੱਕ ਆਇਆ, ਹੁਣ ਮੇਅਰ ਬਣ ਗਿਆ, ਹੈ ਨਾ। ਪਹਿਲਾਂ ਇੱਕ ਅਸੀਂ ਅਵਾਰਡ ਦੇਖਦੇ ਸੀਗੇ, ਹੁਣ ਮੈਂ ਪੂਰਾ ਸ਼ਹਿਰ ਦੇਖਣਾ, ਹੈ ਨਾ, ਸਾਰੇ ਸ਼ਹਿਰ ਦਾ ਵਿਕਾਸ। ਬਹੁਤ ਬੜੀ ਜ਼ਿੰਮੇਦਾਰੀ ਹੈ, ਹੈ ਨਾ। ਤਾਂ ਮੈਂ ਉਹਦੇ ਲਈ ਬਹੁਤ ਹੀ, ਮੈਂ ਮੇਰੇ ਵਾਸਤੇ ਤਾਂ ਇੱਕ ਤਰ੍ਹਾਂ ਤੋਂ ਇਹ ਗੋਲਡ ਗਿਫਟ ਹੈ ਜੀ, ਅਤੇ ਮੈਂ ਇਹਨੂੰ ਨਿਭਾਵਾਂਗਾ। ਬਿਲਕੁਲ, ਮੇਅਰ ਮਨੋਜ ਸੋਨਕਰ ਨੇ ਜਿਹੜੀ ਜਿੱਦਾਂ ਜਾਣਕਾਰੀ ਦਿੱਤੀ ਕਿ ਬਹੁਤ ਸਾਰੇ ਕੰਮ ਨੇ ਉਹ ਕਰਨ ਵਾਲੇ, ਰੋਡ ਮੈਪ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ, ਹਾਲਾਂਕਿ ਬਹੁਤ ਹੀ ਛੋਟੇ ਪਰਿਵਾਰ ਤੋਂ ਇੱਥੇ ਤੱਕ ਪਹੁੰਚੇ ਨੇ, ਸਾਰੀ ਆਪਣੇ ਬਾਰੇ ਦੱਸੀ ਹੈ। ਆਉਣ ਵਾਲੇ ਸਮੇਂ 'ਚ ਕਾਫੀ ਚੀਜ਼ਾਂ ਨੂੰ ਲੈ ਕੇ ਹੋਰ ਵੀ ਕੰਮ ਕੀਤਾ ਜਾਏਗਾ, ਜਿਹਨੂੰ ਲੈ ਕੇ ਲਗਾਤਾਰ ਕੰਮ ਕੀਤਾ ਜਾਏਗਾ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।